हाँ जी, वाहिगुरु जी का खालसा, वाहिगुरु जी की फतेह। सो इस वीडियो ਦੇ ਵਿੱਚ ਅਸੀਂ ਗੱਲ ਕਰਾਂਗੇ ਯੂਐਸ ਸਿਟੀਜ਼ਨ ਜਾਂ ਫਿਰ ਗ੍ਰੀਨ ਕਾਰਡ ਹੋਲਡਰ ਨੇ ਜੇਕਰ ਆਪਣੇ ਪਰਿਵਾਰਿਕ ਮੈਂਬਰ ਦੇ ਵਾਸਤੇ ਯੂਐਸਏ ਦੇ ਵਿੱਚ ਗ੍ਰੀਨ ਕਾਰਡ ਅਪਲਾਈ ਕੀਤਾ ਹੈਗਾ ਤਾਂ ਉਹਨਾਂ ਦੀ I-130 ਐਪਲੀਕੇਸ਼ਨ ਜਿਹੜੀ ਹੈਗੀ ਹੈ, I-130 ਪਟੀਸ਼ਨ ਜਿਹੜੀ ਹੈਗੀ ਹੈ, ਉਹਨੂੰ ਅਪਰੂਵ ਕਰਨ ਦੇ ਵਾਸਤੇ ਯੂਐਸਸੀਆਈਐਸ ਹੁਣ ਕਿੰਨਾ ਟਾਈਮ ਲਗਾ ਰਹੀ ਹੈਗੀ ਹੈ। ਸੋ ਇਹ ਲੇਟੈਸਟ ਜਿਹੜੀ ਅਪਡੇਟ ਹੈਗੀ ਹੈ ਯੂਐਸਸੀਆਈਐਸ ਦੇ ਵੱਲੋਂ, ਮਤਲਬ ਐਜ ਆਫ ਇਹ ਜਨਵਰੀ ਦਾ ਜਿਹੜਾ ਮਹੀਨਾ ਚੱਲ ਰਿਹਾ ਹੈਗਾ, ਜਨਵਰੀ ਦੇ ਮਹੀਨੇ ਦੇ ਹਿਸਾਬ ਦੇ ਨਾਲ ਜੇਕਰ ਗ੍ਰੀਨ ਕਾਰਡ ਹੋਲਡਰ ਨੇ ਆਪਣੇ ਪਰਿਵਾਰਿਕ ਮੈਂਬਰ ਭਾਵੇਂ ਸਪਾਊਸ ਵਾਸਤੇ ਜਾਂ ਫਿਰ ਆਪਣੇ ਬੱਚਿਆਂ ਦੇ ਵਾਸਤੇ ਉਹਨਾਂ ਨੇ ਗ੍ਰੀਨ ਕਾਰਡ ਅਪਲਾਈ ਕੀਤਾ ਹੈਗਾ, ਜਾਂ ਫਿਰ ਯੂਐਸ ਸਿਟੀਜ਼ਨ ਨੇ ਆਪਣੇ ਸਪਾਊਸ ਵਾਸਤੇ, ਬੱਚਿਆਂ ਵਾਸਤੇ, ਆਪਣੇ ਪੇਰੈਂਟਸ ਵਾਸਤੇ, ਜਾਂ ਫਿਰ ਆਪਣੇ ਭੈਣ ਜਾਂ ਭਰਾ ਦੇ ਵਾਸਤੇ ਉਹਨਾਂ ਨੇ ਗ੍ਰੀਨ ਕਾਰਡ ਅਪਲਾਈ ਕੀਤਾ ਹੈਗਾ, ਤਾਂ ਹੁਣ ਯੂਐਸਸੀਆਈਐਸ ਇਹਨਾਂ ਦੀਆਂ I-130 ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਉਹਨੂੰ ਅਪਰੂਵ ਕਰਨ ਵਾਸਤੇ ਕਿੰਨਾ ਟਾਈਮ ਲਗਾ ਰਹੀ ਹੈਗੀ ਹੈ, ਉਹ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਅਤੇ ਯੂਐਸਸੀਆਈਐਸ ਹੁਣ ਕਿਹੜੀਆਂ ਐਪਲੀਕੇਸ਼ਨਾਂ ਦੇ ਉੱਤੇ ਕੰਮ ਕਰ ਰਹੀ ਹੈ, ਸੋ ਕੈਟਾਗਰੀ ਵਾਈਜ਼ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਜੇਕਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਜ਼ਰੂਰ ਕਰੋ। ਸੋ ਸ਼ੁਰੂ ਕਰਦੇ ਹਾਂ। I-130 ਐਪਲੀਕੇਸ਼ਨ ਜਿਹੜੀ ਹੈਗੀ ਹੈ, ਜੇਕਰ ਯੂਐਸ ਸਿਟੀਜ਼ਨ ਜਾਂ ਫਿਰ ਗ੍ਰੀਨ ਕਾਰਡ ਹੋਲਡਰ ਆਪਣੇ ਪਰਿਵਾਰਿਕ ਮੈਂਬਰ ਨੂੰ ਯੂਐਸਏ ਦੇ ਵਿੱਚ ਬੁਲਾਉਣਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਹਨੂੰ I-130 ਐਪਲੀਕੇਸ਼ਨ ਜਿਹੜੀ ਹੈਗੀ ਹੈ ਉਹ ਯੂਐਸਸੀਆਈਐਸ ਨੂੰ ਭੇਜਣੀ ਪੈਂਦੀ ਹੈ। ਸੋ ਯੂਐਸਸੀਆਈਐਸ ਨੂੰ ਜਦੋਂ ਤੁਹਾਡੀ I-130 ਐਪਲੀਕੇਸ਼ਨ ਮਿਲ ਜਾਂਦੀ ਹੈਗੀ ਹੈ, ਤਾਂ ਇਹਨਾਂ ਦੇ 5 ਸਰਵਿਸ ਸੈਂਟਰ ਹੈਗੇ ਆ, 5 ਫੀਲਡ ਆਫਿਸ ਹੈਗੇ ਆ, ਜਿਨ੍ਹਾਂ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਹੈ ਉਹ ਅਗਲੀ ਪ੍ਰੋਸੈਸ ਦੇ ਵਾਸਤੇ ਜਾਂਦੀ ਹੈਗੀ ਹੈ। ਸੋ ਸਕਰੀਨ ਦੇ ਉੱਤੇ ਤੁਸੀਂ ਇਹ 5 ਸਰਵਿਸ ਸੈਂਟਰ ਦੇਖ ਸਕਦੇ ਹੋ, ਇਹਨਾਂ ਵਿੱਚੋਂ ਕਿਸੇ ਵੀ ਸਰਵਿਸ ਸੈਂਟਰ ਦੇ ਵਿੱਚ ਤੁਹਾਡੀ I-130 ਐਪਲੀਕੇਸ਼ਨ ਜਿਹੜੀ ਹੈਗੀ ਹੈ ਉਹ ਜਾ ਸਕਦੀ ਹੈ। ਸੋ ਇਹ ਤੁਸੀਂ ਕਿਵੇਂ ਪਤਾ ਕਰਨਾ ਹੈਗਾ ਕਿ ਤੁਹਾਡਾ ਸਰਵਿਸ ਸੈਂਟਰ ਕਿਹੜਾ ਹੈਗਾ, ਅਤੇ ਤੁਹਾਡੇ ਕੇਸ ਨੂੰ ਉਸ ਸਰਵਿਸ ਸੈਂਟਰ ਦੇ ਵਿੱਚ ਕਿੰਨਾ ਹੋਰ ਟਾਈਮ ਲੱਗ ਸਕਦਾ ਹੈਗਾ, ਉਹਦੇ ਵਾਸਤੇ ਅਸੀਂ ਅਲੱਗ ਜਿਹੜੀ ਪਿੱਛੇ ਵੀਡੀਓ ਬਣਾਈ ਸੀ ਉਸ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ। ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਹੁਣ ਇਹਨਾਂ ਸਰਵਿਸ ਸੈਂਟਰਾਂ ਦੇ ਵਿੱਚ ਹਰ ਇੱਕ ਕੈਟਾਗਰੀ ਵਾਈਜ਼ ਕਿੰਨਾ ਕਿੰਨਾ ਟਾਈਮ ਲੱਗ ਰਿਹਾ ਹੈਗਾ, ਅਤੇ ਹੁਣ ਇਹ ਸਰਵਿਸ ਸੈਂਟਰ ਕਿਹੜੀਆਂ ਐਪਲੀਕੇਸ਼ਨਾਂ ਦੇ ਉੱਤੇ ਕੰਮ ਕਰ ਰਹੇ ਹੈਗੇ ਆ, ਉਹਦੇ ਬਾਰੇ ਹੁਣ ਅਸੀਂ ਗੱਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਦੇਖਦੇ ਹਾਂ ਪਰਮਾਨੈਂਟ ਰੈਜ਼ੀਡੈਂਟ, ਮਤਲਬ ਗ੍ਰੀਨ ਕਾਰਡ ਹੋਲਡਰ ਨੇ ਜੇਕਰ ਆਪਣੇ ਹਸਬੈਂਡ ਵਾਈਫ ਜਾਂ ਫਿਰ 21 ਸਾਲ ਤੋਂ ਘੱਟ ਦੇ ਬੱਚੇ ਵਾਸਤੇ ਗ੍ਰੀਨ ਕਾਰਡ ਅਪਲਾਈ ਕੀਤਾ ਹੈਗਾ, ਤਾਂ ਉਹਨਾਂ ਦੀ I-130 ਐਪਲੀਕੇਸ਼ਨ ਨੂੰ ਇਹਨਾਂ ਸਰਵਿਸ ਸੈਂਟਰਾਂ ਦੇ ਵਿੱਚ ਕਿੰਨਾ ਕਿੰਨਾ ਟਾਈਮ ਲੱਗ ਰਿਹਾ ਹੈਗਾ ਉਹ ਅਸੀਂ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ ਇਸ ਕੈਟਾਗਰੀ ਨੂੰ 28.5 ਮਹੀਨੇ ਤੋਂ ਲੈ ਕੇ 37 ਮਹੀਨੇ ਲੱਗ ਰਹੇ ਹੈਗੇ ਆ। ਸੋ ਹੁਣ ਕੈਲੀਫੋਰਨੀਆ ਸਰਵਿਸ ਸੈਂਟਰ ਜਿਹੜਾ ਜਿਸ ਐਪਲੀਕੇਸ਼ਨ ਦੇ ਉੱਤੇ ਕੰਮ ਕਰ ਰਿਹਾ ਹੈਗਾ, December 28, 2018 ਨੂੰ ਜਿਹੜੀ ਐਪਲੀਕੇਸ਼ਨ ਇਹਨਾਂ ਨੂੰ ਮਿਲੀ ਹੈਗੀ ਹੈ ਉਹਦੇ ਉੱਤੇ ਇਹ ਕੰਮ ਕਰ ਰਹੇ ਹੈਗੇ ਆ, ਮਤਲਬ December 28, 2018 ਤੋਂ ਪਹਿਲਾਂ ਦੇ ਜਿਹੜੇ ਕੇਸ ਹੈਗੇ ਆ ਉਹਨਾਂ ਉੱਤੇ ਇਹਨਾਂ ਨੇ ਕੰਮ ਕਰ ਲਿਆ ਹੈਗਾ, ਉਹ ਜਿਹੜੇ ਕੇਸ ਜਿਹੜੇ ਹੈਗੇ ਆ ਪ੍ਰੋਸੈਸ ਹੋ ਚੁੱਕੇ ਆ। ਬਾਕੀ ਜੇਕਰ ਤੁਹਾਡੇ ਵਿੱਚੋਂ ਕਿਸੇ ਨੇ ਵੀ December 28, 2018 ਤੋਂ ਪਹਿਲਾਂ ਦਾ ਕੇਸ ਲਗਾਇਆ ਹੈਗਾ ਪਰ ਤੁਹਾਡੇ ਕੇਸ ਉੱਤੇ ਕੋਈ ਵੀ ਪ੍ਰੋਸੈਸ ਨਹੀਂ ਹੋਈ ਹੈਗੀ ਹੈ, ਤਾਂ ਤੁਸੀਂ ਇਹਨਾਂ ਨੂੰ ਇਨਕੁਆਇਰੀ ਜਿਹੜੀ ਹੈਗੀ ਹੈ ਉਹ ਪਾ ਸਕਦੇ ਹੋ। ਸੋ ਨੇਵਰਾਸਕਾ ਸਰਵਿਸ ਸੈਂਟਰ ਦੇ ਵਿੱਚ ਇਸ ਕੈਟਾਗਰੀ ਨੂੰ ਕਿੰਨਾ ਟਾਈਮ ਲੱਗ ਰਿਹਾ ਹੈਗਾ, 4 ਮਹੀਨੇ ਤੋਂ ਲੈ ਕੇ 7 ਮਹੀਨੇ। ਸੋ ਹੁਣ ਜਿਹੜੀਆਂ ਐਪਲੀਕੇਸ਼ਨਾਂ ਦੇ ਉੱਤੇ ਨੇਵਰਾਸਕਾ ਸਰਵਿਸ ਸੈਂਟਰ ਦੇ ਵਿੱਚ ਕੰਮ ਹੋ ਰਿਹਾ ਹੈਗਾ, ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ June 23, 2021 ਦੇ ਵਿੱਚ। ਪੋਟਮਕ ਸਰਵਿਸ ਸੈਂਟਰ ਜਿਹੜਾ ਹੈਗਾ ਉੱਥੇ ਇਸ ਕੈਟਾਗਰੀ ਨੂੰ ਲੱਗ ਰਹੇ ਆ 21 ਮਹੀਨੇ ਤੋਂ ਲੈ ਕੇ 27.5 ਮਹੀਨੇ। ਜਿਹੜੀਆਂ ਐਪਲੀਕੇਸ਼ਨਾਂ ਦੇ ਉੱਤੇ ਇਹ ਕੰਮ ਕਰ ਰਹੇ ਹੈਗੇ ਆ, ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ 14 October 2019 ਦੇ ਵਿੱਚ। ਟੈਕਸ ਸਰਵਿਸ ਸੈਂਟਰ ਦੇ ਵਿੱਚ 39 ਮਹੀਨੇ ਤੋਂ ਲੈ ਕੇ 50.5 ਮਹੀਨੇ ਲੱਗ ਰਹੇ ਹੈਗੇ ਆ ਇਸ ਕੈਟਾਗਰੀ ਨੂੰ। ਸੋ ਹੁਣ ਜਿਹੜੀਆਂ ਐਪਲੀਕੇਸ਼ਨਾਂ ਦੇ ਉੱਤੇ ਇਹ ਕੰਮ ਕਰ ਰਹੇ ਹੈਗੇ ਆ, ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ November 7, 2017 ਦੇ ਵਿੱਚ। ਬਰਮੋਰ ਸਰਵਿਸ ਸੈਂਟਰ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਇਸ ਕੈਟਾਗਰੀ ਨੂੰ ਲੱਗ ਰਹੇ ਹੈਗੇ ਆ 24 ਮਹੀਨੇ ਤੋਂ ਲੈ ਕੇ 31 ਮਹੀਨੇ। ਜਿਹੜੀਆਂ ਐਪਲੀਕੇਸ਼ਨਾਂ ਦੇ ਉੱਤੇ ਉੱਥੇ ਕੰਮ ਹੋ ਰਿਹਾ ਹੈਗਾ, ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ July 2, 2019 ਦੇ ਵਿੱਚ। ਸੋ ਇਹ ਜਿਹੜਾ ਟਾਈਮ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹੈਗੇ ਹਾਂ ਇਹ ਐਜ ਆਫ January 18, 2022 ਦੇ ਵਿੱਚ ਜਿਹੜੀ ਇਹ ਅਪਡੇਟ ਇਹਨਾਂ ਨੇ ਜੋ ਦਿੱਤੀ ਹੈਗੀ ਆ। ਸੋ ਜਨਵਰੀ ਦੇ ਮਹੀਨੇ ਦੇ ਹਿਸਾਬ ਦੇ ਨਾਲ ਜਿੰਨਾ ਜਿੰਨਾ ਟਾਈਮ ਇਸ ਕੈਟਾਗਰੀ ਨੂੰ ਇਹਨਾਂ ਸਰਵਿਸ ਸੈਂਟਰਾਂ ਦੇ ਵਿੱਚ ਲੱਗ ਰਿਹਾ ਹੈਗਾ ਉਹ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਰਹੇ ਹਾਂ। ਸੋ ਹੁਣ ਗੱਲ ਕਰਦੇ ਹਾਂ ਯੂਐਸ ਸਿਟੀਜ਼ਨ ਨੇ ਜੇਕਰ ਆਪਣੇ ਸਪਾਊਸ ਵਾਸਤੇ, ਆਪਣੇ ਪੇਰੈਂਟਸ ਵਾਸਤੇ ਜਾਂ ਫਿਰ 21 ਸਾਲ ਤੋਂ ਘੱਟ ਦੇ ਬੱਚਿਆਂ ਦੇ ਵਾਸਤੇ ਗ੍ਰੀਨ ਕਾਰਡ ਅਪਲਾਈ ਕੀਤਾ ਹੈਗਾ, ਤਾਂ ਉਹਨਾਂ ਵਾਸਤੇ I-130 ਐਪਲੀਕੇਸ਼ਨ ਨੂੰ ਪ੍ਰੋਸੈਸ ਹੋਣ ਦੇ ਵਾਸਤੇ ਇਹਨਾਂ ਸਰਵਿਸ ਸੈਂਟਰਾਂ ਦੇ ਵਿੱਚ ਕਿੰਨਾ ਟਾਈਮ ਲੱਗ ਰਿਹਾ ਹੈਗਾ। ਸੋ ਸਭ ਤੋਂ ਪਹਿਲਾਂ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ ਇਸ ਕੈਟਾਗਰੀ ਨੂੰ ਲੱਗ ਰਹੇ ਹੈਗੇ ਆ 28.5 ਮਹੀਨੇ ਤੋਂ ਲੈ ਕੇ 37 ਮਹੀਨੇ। ਜਿਹੜੀ ਐਪਲੀਕੇਸ਼ਨ ਦੇ ਉੱਤੇ ਇਹ ਕੰਮ ਕਰ ਰਹੇ ਹੈਗੇ ਆ, ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ December 28, 2018 ਦੇ ਵਿੱਚ। ਨੇਵਰਾਸਕਾ ਸਰਵਿਸ ਸੈਂਟਰ ਦੇ ਵਿੱਚ 4 ਮਹੀਨੇ ਤੋਂ ਲੈ ਕੇ 7 ਮਹੀਨੇ ਲੱਗ ਰਹੇ ਹੈਗੇ ਆ ਇਸ ਕੈਟਾਗਰੀ ਨੂੰ।
ਹੁਣ ਜਿਹੜੀਆਂ ਐਪਲੀਕੇਸ਼ਨਾਂ ਦੇ ਉੱਤੇ ਕੰਮ ਕਰ ਰਹੇ ਹੈਗੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਏ June 23, 2021 ਦੇ ਵਿੱਚ ਆਟੋਮਕ ਸਰਵਿਸ ਸੈਂਟਰ ਦੇ ਵਿੱਚ ਇਸ ਕੈਟੇਗਰੀ ਨੂੰ ਲੱਗ ਰਿਹਾ 12 ਮਹੀਨੇ ਤੋਂ ਲੈ ਕੇ 16 ਮਹੀਨੇ October 4, 2020 ਦੇ ਵਿੱਚ ਜਿਹੜੀਆਂ ਇਹਨਾਂ ਨੂੰ ਐਪਲੀਕੇਸ਼ਨਾਂ ਮਿਲੀਆਂ ਹੈਗੀਆਂ ਉਹਦੇ ਉੱਤੇ ਇਹ ਕੰਮ ਕਰ ਰਹੇ ਹੈ। ਟੈਕਸ ਸਰਵਿਸ ਸੈਂਟਰ ਦੀ ਜੇਕਰ ਗੱਲ ਕਰੀਏ ਤਾਂ ਉੱਥੇ 10.5 ਮਹੀਨੇ ਤੋਂ ਲੈ ਕੇ 13.5 ਮਹੀਨੇ ਲੱਗ ਰਹੇ ਹੈਗੇ ਆ ਜਿਹੜੀਆਂ ਐਪਲੀਕੇਸ਼ਨਾਂ ਦੇ ਉੱਤੇ ਇਹ ਕੰਮ ਕਰ ਰਹੇ ਹੈਗੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਇਹ December 9, 2020 ਦੇ ਵਿੱਚ। ਬਰਮੋਟ ਸਰਵਿਸ ਸੈਂਟਰ ਦੇ ਵਿੱਚ 10.5 ਮਹੀਨੇ ਤੋਂ ਲੈ ਕੇ 13.5 ਮਹੀਨੇ ਲੱਗ ਰਹੇ ਹੈਗੇ ਆ ਇਸ ਕੈਟੇਗਰੀ ਨੂੰ। ਸੋ ਉੱਥੇ ਜਿਹੜੀਆਂ ਐਪਲੀਕੇਸ਼ਨਾਂ ਦੇ ਉੱਤੇ ਕੰਮ ਹੋ ਰਿਹਾ ਹੈਗਾ ਜਿਹੜੀਆਂ ਇਹਨਾਂ ਨੂੰ ਮਿਲੀਆਂ ਏ December 11, 2020 ਦੇ ਵਿੱਚ। ਅੱਗੇ ਗੱਲ ਕਰਦੇ ਹਾਂ US ਸਿਟੀਜਨ ਨੇ ਜੇਕਰ ਆਪਣੇ ਅਨਮੈਰਿਡ ਬੱਚਿਆਂ ਦੇ ਵਾਸਤੇ ਗ੍ਰੀਨ ਕਾਰਡ ਅਪਲਾਈ ਕੀਤਾ ਹੈਗਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਜ਼ਿਆਦਾ ਹੈਗੀ ਹੈ ਤਾਂ ਉਹਨਾਂ ਦੇ I-130 ਐਪਲੀਕੇਸ਼ਨ ਨੂੰ ਇਹਨਾਂ ਸਰਵਿਸ ਸੈਂਟਰਾਂ ਦੇ ਵਿੱਚ ਕਿੰਨਾ ਟਾਈਮ ਲੱਗ ਰਿਹਾ ਹੈਗਾ ਉਹ ਅਸੀਂ ਦੇਖਦੇ ਹਾਂ ਹੁਣ। ਸੋ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ 43.5 ਮਹੀਨੇ ਤੋਂ ਲੈ ਕੇ 56.5 ਮਹੀਨੇ ਲੱਗ ਰਹੇ ਹੈਗੇ ਆ ਇਸ ਕੈਟੇਗਰੀ ਨੂੰ। ਸੋ ਹੁਣ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਕੰਮ ਕਰ ਰਹੇ ਹੈਗੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ 21 May 2017 ਦੇ ਵਿੱਚ, ਨਵਰਾਸਕਾ ਸਰਵਿਸ ਸੈਂਟਰ ਦੇ ਵਿੱਚ ਟਾਈਮ ਲੱਗ ਰਿਹਾ ਹੈਗਾ 7.5 ਮਹੀਨੇ ਤੋਂ ਲੈ ਕੇ 9.5 ਮਹੀਨੇ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਕੰਮ ਕਰ ਰਹੇ ਹੈਗੇ ਆ April 7, 2021 ਦੇ ਵਿੱਚ ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ। ਆਟੋਮਕ ਸਰਵਿਸ ਸੈਂਟਰ ਦੇ ਵਿੱਚ 21 ਮਹੀਨੇ ਤੋਂ ਲੈ ਕੇ 27.5 ਮਹੀਨੇ ਲੱਗਦੇ ਹੈਗੇ ਆ ਇਸ ਕੈਟੇਗਰੀ ਨੂੰ। ਸੋ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਕੰਮ ਕਰ ਰਹੇ ਹੈਗੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ October 14, 2019 ਦੇ ਵਿੱਚ। ਟੈਕਸ ਸਰਵਿਸ ਸੈਂਟਰ ਦੀ ਜੇਕਰ ਗੱਲ ਕਰੀਏ ਤਾਂ 39 ਮਹੀਨੇ ਤੋਂ ਲੈ ਕੇ 50.5 ਮਹੀਨੇ ਲੱਗ ਰਹੇ ਹੈਗੇ ਆ ਇੱਥੇ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਕੰਮ ਕਰ ਰਹੇ ਹੈਗੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ November 7, 2017 ਦੇ ਵਿੱਚ। ਬਰਮੋਟ ਸਰਵਿਸ ਸੈਂਟਰ ਦੇ ਵਿੱਚ ਇਸ ਕੈਟੇਗਰੀ ਨੂੰ ਲੱਗ ਰਹੇ ਹੈਗੇ ਆ 53.5 ਮਹੀਨੇ ਤੋਂ ਲੈ ਕੇ 69.5 ਮਹੀਨੇ। ਸੋ ਹੁਣ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਕੰਮ ਕਰ ਰਹੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ April 14, 2016 ਦੇ ਵਿੱਚ। ਹੁਣ ਗੱਲ ਕਰਦੇ ਹਾਂ ਪਰਮਾਨੈਂਟ ਰੈਜ਼ੀਡੈਂਟ ਮਤਲਬ ਗ੍ਰੀਨ ਕਾਰਡ ਹੋਲਡਰ ਨੇ ਜੇਕਰ ਆਪਣੇ ਅਨਮੈਰਿਡ ਬੱਚਿਆਂ ਦੇ ਵਾਸਤੇ ਗ੍ਰੀਨ ਕਾਰਡ ਅਪਲਾਈ ਕੀਤਾ ਹੈਗਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਜ਼ਿਆਦਾ ਹੈਗੀ ਆ ਤਾਂ ਉਹਨਾਂ ਦੀ I-130 ਐਪਲੀਕੇਸ਼ਨ ਨੂੰ ਜਿਹੜਾ ਟਾਈਮ ਲੱਗ ਰਿਹਾ ਹੈਗਾ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ ਇਹਨੂੰ ਲੱਗ ਰਿਹਾ ਹੈਗਾ 58.5 ਮਹੀਨਿਆਂ ਤੋਂ 76 ਮਹੀਨੇ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਸਰਵਿਸ ਸੈਂਟਰ ਕੰਮ ਕਰ ਰਿਹਾ ਹੈਗਾ ਜਿਹੜੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ September 25, 2015 ਦੇ ਵਿੱਚ। ਨਵਰਾਸਕਾ ਸਰਵਿਸ ਸੈਂਟਰ ਦੇ ਵਿੱਚ ਟਾਈਮ ਜਿਹੜਾ ਲੱਗ ਰਿਹਾ ਹੈਗਾ 51 ਮਹੀਨੇ ਤੋਂ 66.5 ਮਹੀਨੇ। ਹੁਣ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਕੰਮ ਕਰ ਰਹੇ ਆ July 13, 2016 ਦੇ ਵਿੱਚ ਜਿਹੜੀਆਂ ਇਹਨਾਂ ਨੂੰ ਮਿਲੀਆਂ ਸੀ। ਆਟੋਮਕ ਸਰਵਿਸ ਸੈਂਟਰ ਦੇ ਵਿੱਚ ਜਿਹੜਾ ਟਾਈਮ ਲੱਗ ਰਿਹਾ ਹੈਗਾ 21 ਮਹੀਨੇ ਤੋਂ ਲੈ ਕੇ 27.5 ਮਹੀਨੇ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਕੰਮ ਕਰ ਰਹੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਸੀ October 14, 2019 ਦੇ ਵਿੱਚ। ਟੈਕਸ ਸਰਵਿਸ ਸੈਂਟਰ ਦੀ ਜੇਕਰ ਗੱਲ ਕਰੀਏ ਤਾਂ ਇੱਥੇ 39 ਮਹੀਨੇ ਤੋਂ ਲੈ ਕੇ 50.5 ਮਹੀਨੇ ਲੱਗ ਰਹੇ ਹੈਗੇ ਆ ਇਸ ਕੈਟੇਗਰੀ ਨੂੰ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਕੰਮ ਕਰ ਰਹੇ ਹੈਗੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਸੀ November 7, 2017 ਦੇ ਵਿੱਚ। ਵਰਮੋਂਟ ਸਰਵਿਸ ਸੈਂਟਰ ਦੇ ਵਿੱਚ 49.5 ਮਹੀਨੇ ਤੋਂ ਲੈ ਕੇ 64 ਮਹੀਨੇ ਲੱਗ ਰਹੇ ਹੈਗੇ ਆ ਇਸ ਕੈਟੇਗਰੀ ਨੂੰ। ਹੁਣ ਜਿਹੜੀਆਂ ਐਪਲੀਕੇਸ਼ਨਾਂ 'ਤੇ ਕੰਮ ਕਰ ਰਹੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਸੀ September 25, 2016 ਦੇ ਵਿੱਚ। ਅੱਗੇ ਗੱਲ ਕਰਦੇ ਹਾਂ US ਸਿਟੀਜਨ ਨੇ ਜੇਕਰ ਆਪਣੇ ਮੈਰਿਡ ਬੱਚਿਆਂ ਦੇ ਵਾਸਤੇ ਗ੍ਰੀਨ ਕਾਰਡ ਅਪਲਾਈ ਕੀਤਾ ਹੈਗਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਜ਼ਿਆਦਾ ਹੈਗੀ ਹੈ ਉਹਨਾਂ ਦੀ I-130 ਐਪਲੀਕੇਸ਼ਨ ਨੂੰ ਕਿੰਨਾ ਟਾਈਮ ਲੱਗ ਰਿਹਾ ਹੈਗਾ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ। ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ 111 ਮਹੀਨੇ ਤੋਂ ਲੈ ਕੇ 144 ਮਹੀਨੇ ਲੱਗ ਰਹੇ ਹੈਗੇ ਹੈ। January 28, 2010 ਦੇ ਵਿੱਚ ਜਿਹੜੀਆਂ ਇਹਨਾਂ ਨੂੰ ਐਪਲੀਕੇਸ਼ਨਾਂ ਮਿਲੀਆਂ ਸੀ ਉਹਦੇ ਉੱਤੇ ਇਹ ਕੰਮ ਕਰ ਰਹੇ ਹੈ। ਨਵਰਾਸਕਾ ਸਰਵਿਸ ਸੈਂਟਰ ਦੇ ਵਿੱਚ 102 ਮਹੀਨੇ ਤੋਂ ਲੈ ਕੇ 133 ਮਹੀਨੇ ਲੱਗ ਰਹੇ ਹੈਗੇ ਆ ਇਸ ਕੈਟੇਗਰੀ ਨੂੰ ਜਿਹੜੀਆਂ ਐਪਲੀਕੇਸ਼ਨਾਂ 'ਤੇ ਇਹ ਕੰਮ ਕਰ ਰਹੇ ਹੈਗੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਸੀ January 4, 2011 ਦੇ ਵਿੱਚ। ਆਟੋਮਕ ਸਰਵਿਸ ਸੈਂਟਰ ਦੇ ਵਿੱਚ 21 ਮਹੀਨੇ ਤੋਂ ਲੈ ਕੇ 27.5 ਮਹੀਨੇ ਲੱਗ ਰਹੇ ਹੈਗੇ ਆ October 14, 2019 ਦੇ ਵਿੱਚ ਜਿਹੜੀਆਂ ਇਹਨਾਂ ਨੂੰ ਐਪਲੀਕੇਸ਼ਨਾਂ ਮਿਲੀਆਂ ਸੀ ਉਹਨਾਂ ਉੱਤੇ ਇਹ ਹੁਣ ਕੰਮ ਕਰ ਰਹੇ ਹੈ। ਟੈਕਸ ਸਰਵਿਸ ਸੈਂਟਰ ਦੇ ਵਿੱਚ 39 ਮਹੀਨੇ ਤੋਂ ਲੈ ਕੇ 50.5 ਮਹੀਨੇ ਲੱਗ ਰਹੇ ਹੈਗੇ ਆ November 7, 2017 ਦੇ ਵਿੱਚ ਜਿਹੜੀਆਂ ਐਪਲੀਕੇਸ਼ਨਾਂ ਇਹਨਾਂ ਨੂੰ ਮਿਲੀਆਂ ਸੀ ਉਹਨਾਂ ਉੱਤੇ ਇਹ ਹੁਣ ਕੰਮ ਕਰ ਰਹੇ ਹੈ। ਬਰਮੋਟ ਸਰਵਿਸ ਸੈਂਟਰ ਦੀ ਜੇਕਰ ਗੱਲ ਕਰੀਏ ਤਾਂ 53.5 ਮਹੀਨੇ ਤੋਂ ਲੈ ਕੇ 69 ਮਹੀਨੇ ਇਸ ਸਰਵਿਸ ਸੈਂਟਰ ਦੇ ਵਿੱਚ ਇਸ ਕੈਟੇਗਰੀ ਨੂੰ ਪ੍ਰੋਸੈਸ ਹੋਣ ਵਾਸਤੇ ਲੱਗ ਰਹੇ ਹੈਗੇ ਹੈ। April 24, 2016 ਦੇ ਵਿੱਚ ਜਿਹੜੀਆਂ ਇਹਨਾਂ ਨੂੰ ਐਪਲੀਕੇਸ਼ਨਾਂ ਮਿਲੀਆਂ ਸੀ ਉਹਨਾਂ ਉੱਤੇ ਹੁਣ ਬਰਮੋਟ ਸਰਵਿਸ ਸੈਂਟਰ ਦੇ ਵਿੱਚ ਕੰਮ ਹੋ ਰਿਹਾ। ਸੋ ਹੁਣ ਗੱਲ ਕਰਦੇ ਹਾਂ US ਸਿਟੀਜਨ ਨੇ ਜੇਕਰ ਆਪਣੇ ਭੈਣ ਜਾਂ ਭਰਾ ਦੇ ਵਾਸਤੇ ਗ੍ਰੀਨ ਕਾਰਡ ਅਪਲਾਈ ਕੀਤਾ ਹੈਗਾ ਤਾਂ ਉਹਨਾਂ ਦੀਆਂ I-130 ਐਪਲੀਕੇਸ਼ਨਾਂ ਨੂੰ ਇਹਨਾਂ
ਸਰਵਿਸ ਸੈਂਟਰਾਂ ਦੇ ਵਿੱਚ ਕਿੰਨਾ ਕਿੰਨਾ ਟਾਈਮ ਲੱਗ ਰਿਹਾ ਹੈਗਾ ਉਹ ਅਸੀਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ 134 ਮਹੀਨੇ ਤੋਂ ਲੈ ਕੇ 175 ਮਹੀਨੇ ਲੱਗ ਰਹੇ ਹੈਗੇ ਆ। ਜੁਲਾਈ 3, 2007 ਦੇ ਵਿੱਚ ਜਿਹੜੀਆਂ ਇਹਨਾਂ ਨੂੰ ਐਪਲੀਕੇਸ਼ਨਾਂ ਮਿਲੀਆਂ ਸੀ ਜਿਨ੍ਹਾਂ ਉੱਤੇ ਇਹ ਹੁਣ ਕੰਮ ਕਰ ਰਹੇ ਹੈ। ਨੈਬਰਾਸਕਾ ਸਰਵਿਸ ਸੈਂਟਰ ਦੇ ਵਿੱਚ 123 ਮਹੀਨੇ ਤੋਂ ਲੈ ਕੇ 160 ਮਹੀਨੇ ਲੱਗ ਰਹੇ ਹੈਗੇ ਆ ਜਿਨ੍ਹਾਂ ਐਪਲੀਕੇਸ਼ਨਾਂ ਤੇ ਇਹ ਕੰਮ ਕਰ ਰਹੇ ਆ, ਜਿਹੜੀਆਂ ਇਹਨਾਂ ਨੂੰ ਮਿਲੀਆਂ ਸੀ ਸਪਤੰਬਰ 24, 2008 ਦੇ ਵਿੱਚ। ਪੋਟੋਮਕ ਸਰਵਿਸ ਸੈਂਟਰ ਦੀ ਜੇਕਰ ਗੱਲ ਕਰੀਏ ਤਾਂ 21 ਮਹੀਨੇ ਤੋਂ ਲੈ ਕੇ 27.5 ਮਹੀਨੇ ਲੱਗ ਰਹੇ ਹੈਗੇ ਆ ਇਸ ਸਰਵਿਸ ਸੈਂਟਰ ਦੇ ਵਿੱਚ। ਹੁਣ ਜਿਹੜੀਆਂ ਐਪਲੀਕੇਸ਼ਨਾਂ ਤੇ ਇਹ ਕੰਮ ਕਰ ਰਹੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਸੀ ਅਕਤੂਬਰ 14, 2019 ਦੇ ਵਿੱਚ, ਟੈਕਸ ਸਰਵਿਸ ਸੈਂਟਰ ਦੇ ਵਿੱਚ 39 ਮਹੀਨੇ ਤੋਂ ਲੈ ਕੇ 50.5 ਮਹੀਨੇ ਲੱਗ ਰਹੇ ਹੈਗੇ ਆ ਇਸ ਕੈਟੇਗਰੀ ਨੂੰ, ਜਿਹੜੀਆਂ ਐਪਲੀਕੇਸ਼ਨਾਂ ਤੇ ਇਹ ਹੁਣ ਕੰਮ ਕਰ ਰਹੇ ਹੈਗੇ ਆ ਜਿਹੜੀਆਂ ਇਹਨਾਂ ਨੂੰ ਮਿਲੀਆਂ ਸੀ ਨਵੰਬਰ 7, 2017 ਦੇ ਵਿੱਚ। ਬਰਮੋਡ ਸਰਵਿਸ ਸੈਂਟਰ ਦੇ ਵਿੱਚ 93 ਮਹੀਨੇ ਤੋਂ ਲੈ ਕੇ 120 ਮਹੀਨੇ ਤੋਂ ਜ਼ਿਆਦਾ ਜਿਹੜਾ ਟਾਈਮ ਲੱਗ ਰਿਹਾ ਹੈਗਾ। ਸੋ ਜਿਹੜੀਆਂ ਐਪਲੀਕੇਸ਼ਨਾਂ ਤੇ ਇਹ ਹੁਣ ਕੰਮ ਕਰ ਰਹੇ ਆ, ਜਨਵਰੀ 10, 2012 ਦੇ ਵਿੱਚ ਜਿਹੜੀਆਂ ਇਹਨਾਂ ਨੂੰ ਐਪਲੀਕੇਸ਼ਨਾਂ ਮਿਲੀਆਂ ਸੀ ਜਿਨ੍ਹਾਂ ਉੱਤੇ ਹੁਣ ਬਰਮੋਡ ਸਰਵਿਸ ਸੈਂਟਰ ਦੇ ਵਿੱਚ ਕੰਮ ਹੋ ਰਿਹਾ। ਸੋ ਇਹ ਸੀ ਕੈਟੇਗਰੀ ਵਾਈਜ਼ ਜਿਵੇਂ ਅਸੀਂ ਤੁਹਾਨੂੰ ਦੱਸਿਆ ਹੈਗਾ ਹਰ ਇੱਕ ਸਰਵਿਸ ਸੈਂਟਰ ਦੇ ਵਿੱਚ ਕਿੰਨਾ ਕਿੰਨਾ ਟਾਈਮ ਲੱਗ ਰਿਹਾ ਹੈਗਾ। ਬਾਕੀ ਇਹ ਟਾਈਮ ਅਤੇ ਡੇਟ ਜਿਹੜੀ ਅਸੀਂ ਤੁਹਾਨੂੰ ਦੱਸੀ ਹੈਗੀ ਹੈ ਇਹ ਐਜ਼ ਆਫ ਜਨਵਰੀ 18, 2022 ਦੇ ਵਿੱਚ ਜਿਹੜੀ ਲੇਟੈਸਟ ਅਪਡੇਟ ਹੈਗੀ ਹੈ, ਮਤਲਬ ਹੁਣ ਜਿਹੜਾ ਟਾਈਮ ਜਿੰਨਾ ਲੱਗ ਰਿਹਾ ਹੈਗਾ ਹਰ ਇੱਕ ਸਰਵਿਸ ਸੈਂਟਰ ਦੇ ਵਿੱਚ ਕੈਟੇਗਰੀ ਵਾਈਜ਼, ਉਹ ਅਸੀਂ ਤੁਹਾਨੂੰ ਦੱਸਿਆ ਹੈਗਾ। USCIS ਹਰ ਮਹੀਨੇ ਆਪਣਾ ਜਿਹੜਾ ਸਿਸਟਮ ਜਿਹੜਾ ਹੈਗਾ ਉਹ ਅਪਡੇਟ ਕਰਦਾ ਹੈਗਾ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ USA ਦੇ ਇਮੀਗ੍ਰੇਸ਼ਨ ਨੂੰ ਲੈ ਕੇ ਹੋਰ ਕੀ ਲੇਟੈਸਟ ਅਪਡੇਟ ਆਉਂਦੀ ਹੈ, ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਔਰ ਚੈਨਲ ਨੂੰ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਥੱਲੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।